ਮੁਸੀਬਤਾਂ ਹੀ ਆ ਜੀ, ਗਰਮੀ ਤਾਂ ਆਏ ਆ ਜੇ ਕੰਮ ਕਰਾਂਗੇ ਤੇ ਗਰਮੀ ਕੂਲਰ ਲਾ ਲਾਂਗੇ, ਇਹ ਹੁਣ ਸਾਰਾ ਦਿਨ ਕੰਮ ਹੀ ਨਹੀਂ ਮਿਲਣਾ। ਇੱਥੇ ਕਿੰਨੇ ਗਰੀਬ ਆ, ਸਾਰੇ ਰੋਟੀ ਤੋਂ ਭੁੱਖੇ ਫਿਰਦੇ ਆ। ਮਾਰਕੀਟ 'ਚ ਜਿਵੇਂ ਪਾਣੀ ਭਰਿਆ, ਇਹ ਕਿੱਦਾਂ ਦੇ ਹਾਲਾਤ ਰਹੇ? ਹਾਲਾਤ ਇਹ ਆਏ ਆ ਜੀ, ਸਾਰਾ ਦਿਨ ਇਹ ਦੁਕਾਨਾਂ ਬੰਦ ਆ, ਕੋਈ ਇੱਥੇ ਗਾਹਕ ਨਹੀਂ ਆਉਣਾ। ਨੰਬਰ 2 ਤੇ ਗਾਹਕ ਆਊਗਾ ਤਾਂ ਆਟਾ ਪੈਣਾ ਹੈ ਚੁੱਲ੍ਹੇ। ਜਦੋਂ ਆਪਾਂ ਨੂੰ ਕੰਮ ਹੀ ਨਾ ਮਿਲਿਆ, ਸਾਨੂੰ ਇਹੋ ਜਿਹੀ ਰਹਿਤ ਹੋ ਗਈ, ਇਹ ਸਾਰਾ ਦਿਨ ਪਾਣੀ ਆ ਹੀ ਰਹਿਣਾ ਜੀ। ਜਿੰਨੇ ਇਹ ਦੁਕਾਨਾਂ ਵਾਲੇ ਇਹ ਵੀ ਬੰਦ ਆ ਇਹਨਾਂ ਦਾ ਕੰਮ, ਕਿਉਂ ਜੇ ਪਾਣੀ ਪਾਸੇ ਹੋਊ ਤਾਂ ਗਾਹਕ ਆਊਗਾ, ਦੁਕਾਨਾਂ ਵੀ ਨਹੀਂ ਖੁੱਲਣੀਆਂ, ਸਾਡਾ ਵੀ ਨਹੀਂ ਕੰਮ ਚੱਲਣਾ। ਜਿਵੇਂ ਕਿ ਲੱਗਦਾ ਕਿ ਆਉਣ ਵਾਲੇ 24 ਘੰਟਿਆਂ ਵਿੱਚ ਹਜੇ ਬਾਰਿਸ਼ ਤਾਂ ਹੀ ਰਹਿਣੀ ਹੈ, ਇਹ ਲੱਗਦਾ ਕਿ ਹਾਲਾਤ ਕੁਝ ਸੁਧਰਨਗੇ? ਨਹੀਂ ਜੀ, ਵਧੂਗਾ ਵਧੂਗਾ ਕੰਮ, ਕਿਉਂਕਿ ਪਾਣੀ ਇਹ ਨਿਕਲਣਾ ਨਹੀਂ, ਪਾਣੀ ਨਿਕਲਿਆ ਨਾ ਤੇ ਕੰਮ ਇਹ ਕੋਈ ਚੱਲਣਾ ਨਹੀਂ। ਇੱਥੇ ਕਾਰ ਆਉਣਗੇ ਅੱਧੀਆਂ, ਅਸੀਂ ਧੱਕਾ ਲਾ ਕੇ ਕੱਢਦੇ ਹਾਂ, ਕੋਈ ਦੇਗਾ 150 ਤਾਂ ਠੀਕ ਹੈ, ਨਹੀਂ ਕਹੀਦਾ ਪਾਲਾ ਹੀ ਸਹੀ। ਪਾਣੀ ਕਿੱਥੇ ਲੰਘਦਾ, ਕਿੱਥੇ ਖੁੱਲਾ ਲੰਘਣਾ, ਕਿੱਥੇ ਪੈਪ ਆ ਫੁੱਟ 2 ਫੁੱਟ ਦੀ, ਪਾਈਪਾਂ ਵੀ ਬਲੌਕ ਹੀ ਲੱਗ, ਬਲੌਕ ਹੀ ਹੈ ਜੀ, ਜੇ ਪਾਈਪਾਂ ਚੱਲਦੀਆਂ ਹੁਣ ਇੰਨਾ ਪਾਣੀ ਥੋੜੋ ਖੜਦਾ ਸੀ। ਬਾਦਸ਼ਾਹ ਤੁਹਾਡੇ ਸਾਹਮਣੇ ਇਹ ਦੇਖ ਲਓ, ਇੱਥੇ ਤਕਰੀਬਨ ਸਾਡੇ ਅੰਦਰਾਂ ਫੁੱਟ ਫੁੱਟ ਪਾਣੀ ਵੜਿਆ, ਜਿਹੜਾ ਇੰਨਾ ਨੁਕਸਾਨ ਹੋ ਚੁੱਕਿਆ ਵੀ ਇਹਨੂੰ ਕਹਿ ਨਹੀਂ ਸਕਦਾ ਕੁਛ ਵੀ। ਹੁਣ ਜੋ ਸਾਡੇ ਇੱਥੇ ਰੱਖਣ ਰਖਾਉਣ ਦਾ ਹੈਗਾ ਆਪਣਾ, ਦੇਖ ਲਓ ਵੀ ਅੰਦਰ ਬੈੱਡਾਂ ਦੇ ਵਿੱਚ ਵੀ ਪਾਣੀ ਵੜ ਗਿਆ, ਉਹਦੇ ਬਿਸਤਰੇ ਵੀ ਗਿੱਲੇ ਸਾਡੇ ਰਜਾਈਆਂ ਹੋ ਗਈਆਂ, ਨਾਲੇ ਉਹਦੇ ਪਰਲੇ ਕਮਰੇ 'ਚ ਉੱਥੇ ਜਿਹੜਾ ਸਟੋਰ ਬਣਾਇਆ ਉੱਥੇ ਵੀ ਪਾਣੀ ਤਕਰੀਬਨ 1-1 ਫੁੱਟ ਜਿਹੜਾ ਡਰੰਮਾਂ ਨੂੰ ਸੂਹ ਗਿਆ, ਅਤੇ ਕਣਕਾਂ ਵੀ ਸਾਨੂੰ ਹੁਣ ਸੁਕਾਉਣ ਦਾ ਮੌਕਾ ਮਿਲੇਗਾ ਤਾਂ ਸੁਕਾਵਾਂਗੇ, ਅਦਰਵਾਈਜ਼ ਖਰਾਬ ਹੀ ਹੈ। ਬਾਹਰ ਡੰਗਰ ਰੱਖੇ ਆ ਜਿਹੜੇ, ਉਹਨਾਂ ਦਾ ਵੀ ਬੁਰਾ ਹਾਲ ਹੈ, ਅਤੇ ਬਾਕੀ ਪ੍ਰਸ਼ਾਸਨ ਨੂੰ ਅਸੀਂ ਕਈ ਵਾਰ ਕਹਿ ਚੁੱਕੇ ਹਾਂ, ਲੇਕਿਨ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਜਿਹੜਾ ਵੀ ਮੰਤਰੀ ਕੋਲ ਜਾਂ ਕੋਈ ਆਉਂਦਾ ਹੈ, MLA ਆਉਂਦੇ ਆ, ਕੋਈ MLA ਆਉਂਦਾ ਜਾਂ ਮੰਤਰੀ ਆਉਂਦਾ, ਕੋਈ ਹਾਂਜੀ ਕਰਦੇ ਆ ਕੰਮ, ਕੋਈ ਸਾਡਾ ਕਰਾਉਂਦਾ ਹੈ ਨਹੀਂ ਹੈ। ਅਤੇ ਹੁਣ ਸਾਡੇ ਸਰਪੰਚ ਸਾਹਿਬ ਆ ਨੇ, ਇਹਨਾਂ ਨੂੰ ਮੈਂ ਕਈ ਵਾਰ ਕਿਹਾ, ਜੇ ਪਹਿਲਾਂ ਬਣੇ ਸੀ ਤਾਂ ਉਹਨਾਂ ਨੂੰ ਵੀ ਕਿਹਾ, ਜੇ ਦੂਜਿਆਂ ਨੂੰ ਕਿਹਾ ਤਾਂ ਉਹਨਾਂ ਵੀ ਕੁਛ ਨਹੀਂ ਕਰਦੇ, ਹਾਮੀ ਭਰਦੇ ਆ ਪਰ ਅੱਗੇ ਕਾਰਵਾਈ ਕੋਈ ਨਹੀਂ ਕਰਦਾ। ਗੌਰਮੈਂਟ ਕਹਿੰਦੀ ਫੈਸਲਾ, ਤੁਹਾਨੂੰ ਸਾਰਿਆਂ ਨੂੰ ਫੈਸਿਲਿਟੀਆਂ ਦੇਵਾਂਗੇ, ਗੌਰਮੈਂਟ ਫੈਸਿਲਿਟੀ ਦਿੰਦੀ ਹੈ, ਪਤਾ ਨਹੀਂ ਉਹ ਦਿੰਦੀ ਹੈ ਤਾਂ ਇਹ ਨਹੀਂ ਜਾਂਦੇ ਲੈਣ। ਹੁਣ ਜਾਂ ਵੀ ਹੁਣ ਕਹਿੰਦੇ ਹੋਣੇ ਕੋਈ ਸਾਹਿਬ ਅਸੀਂ ਵੀ ਚਲੀ ਤੀ, ਜੇ ਅਸੀਂ ਇਕੱਲੇ ਇਕੱਲੇ ਨੇ ਪ੍ਰਸ਼ਾਸਨ ਕੋਲ ਜਾਣਾ ਤਾਂ ਫਿਰ ਮੈਂਬਰ ਸਰਪੰਚ ਚੁਣਨ ਦਾ ਫਾਇਦਾ ਹੀ ਕੀ ਹੈ? ਮੇਰੇ ਹਿਸਾਬ ਨਾਲ ਤਾਂ ਸਾਡਾ ਘੱਟੋ ਘੱਟ ਨੁਕਸਾਨ ਇਸ ਵੇਲੇ ਨਾਰਮਲ ਲਾ ਲਓ ਤੁਸੀਂ, ਜਿੱਦਾਂ ਹੁਣ ਦਾਣੇ ਦੁਣੇ ਸਾਡੇ ਭੇਜੇ ਆ, ਅੰਦਰਾਂ ਬੈੱਡਾਂ ਖਰਾਬ ਹੋ ਗਿਆ, 50-60 ਹਜ਼ਾਰ ਰੁਪਏ ਦਾ ਨਾਰਮਲ ਹੈ, ਕਿਉਂਕਿ ਬੈੱਡਾਂ ਦੀਆਂ ਪਲਾਈਆਂ ਸੜ ਗਈਆਂ, ਦਾਣੇ ਜਿਹੜੇ ਗਿੱਲੇ ਹੋਏ ਉਹ ਬੇਕਾਰ ਹੋ ਜਾਣੇ ਆ। ਇੱਥੇ ਪਾਣੀ ਦਾ ਨਿਕਾਸ ਨਹੀਂ ਹੈ ਜੀ, ਸੜਕਾਂ ਸਾਡੀ ਉੱਚੀ ਕੀਤੀਆਂ ਗਈਆਂ ਨੇ ਅਤੇ ਨਾਲੇ ਬਣਾਏ ਨਹੀਂ ਗਏ, ਅਤੇ ਜੇ ਸਰਪੰਚ ਨੂੰ ਕਹਿੰਦੇ ਕੋਈ ਥੋੜ੍ਹਾ ਮਾੜਾ ਮੋਟਾ ਸੀਵਰੇਜ ਦੇ ਨਾਲ ਅਟੈਚ ਕਰਾ ਦਿਓ, ਉਹ ਵੀ ਨਹੀਂ ਕਰਾਉਂਦੇ। ਡਿਫੈਂਸ ਰੋਡ ਤੋਂ ਲੈ ਕੇ ਅਤੇ ਆਪਣਾ ਮਾਧੋਪੁਰ ਤੱਕ ਬਣਾਇਆ, ਉਦੋਂ ਇੱਥੇ ਜਿਹੜਾ ਠੇਕੇਦਾਰ ਆਇਆ ਸੀ ਉਹਨਾਂ ਨੇ ਮੁਨਸ਼ੀ ਇੱਥੇ ਜਦੋਂ ਕੰਮ ਲੱਗਿਆ, ਉਹਨਾਂ ਨੂੰ ਅਸੀਂ ਕਹਿੰਦੇ ਰਹੇ ਹਾਂ ਵੀ ਨਾਲਾ, ਅਤੇ ਉਹਨਾਂ ਨੇ ਸਾਨੂੰ ਇੰਨਾ ਸਾਨੂੰ ਦਿਲਾਸਾ ਦਿੱਤਾ ਵੀ ਸਾਨੂੰ ਸੜਕ ਕਲੀਅਰ ਕਰ ਲੈਣ ਦਿਓ, ਉਹਦੇ ਬਾਅਦ ਅਸੀਂ ਨਾਲਾ ਵੀ ਬਣਾਉਣਾ। ਲੇਕਿਨ ਅੱਜ ਦਿਨ ਤੱਕ ਨਾਲਾ ਨਹੀਂ ਬਣਿਆ, ਕਿਉਂਕਿ ਪਿੱਛੇ ਮੁੰਡਾ ਹੈਗਾ ਆਪਣਾ ਥਰਿਆਲ ਚੌਂਕ ਦੇ ਲਾਗੇ, ਚਰਨਦਾਸ ਜੀ ਜੋ ਮੈਨੇਜਰ ਹੈਗੇ, ਜਿਹੜੇ ਬੈਂਕ ਮੈਨੇਜਰ ਰਿਟਾਇਰ ਹੋਏ ਆ, ਉਹਨਾਂ ਨੂੰ ਵੀ ਪਿੱਛੇ ਭੜਥੂ ਪਾਇਆ ਸੀ, ਰਖਵਾਇਆ ਸੀ ਕੰਮ ਵੀ ਪਹਿਲੇ ਨਾਲਾ ਦਾ ਨਿਕਾਸ ਕਰੋ, ਉਹਨਾਂ ਨੂੰ ਵੀ ਦਮ ਦਿਲਾਸਾ ਦੇ ਕੇ ਨਾਲਾ ਉੱਥੇ ਵੀ ਹੈ ਨਹੀਂ ਬਣਿਆ ਤਾਂ ਸਾਡੇ ਵੀ ਹੈ ਨਹੀਂ ਬਣਿਆ। ਠੇਕੇਦਾਰ ਦਾ ਨਾਮ ਜੀ ਆਪਣਾ, ਅਸੀਂ ਤਾਂ ਇਹੀ ਕਹਿੰਦੇ ਵੀ ਪਾਣੀ ਦਾ ਨਿਕਾਸ ਹੋ ਜਾਵੇ, ਅਤੇ ਬਾਕੀ ਹੋਰ ਸਾਨੂੰ ਮਾਲਕ ਦੀ ਤੰਦਰੁਸਤੀ ਚਾਹੀਦੀ ਸੀ ਮਾਲਕ ਤਰਫੋਂ, ਸਾਨੂੰ ਦੇਣਾ ਤਾਂ ਕਿਸੇ ਨੇ ਕੀ, ਚਲੋ ਅਸੀਂ ਆਪਣੀ ਦਿਹਾੜੀ ਸਾਡੀ ਲੱਗ ਜਾਂਦੀ ਹੈ, ਟਾਈਮ ਨਾਲ ਲਾ ਲਈਦੇ ਆਪਾਂ ਉੱਠ ਕੇ ਤੰਦਰੁਸਤੀ ਹੋਵੇ, ਤਾਂ ਸਾਡੀ ਪਾਣੀ ਦਾ ਵਿਕਾਸ ਜਿਹੜਾ ਸਾਨੂੰ ਇਹਦਾ ਨਿਕਾਸ ਹੋ ਜਾਵੇ, ਅਤੇ ਅਸੀਂ ਇੰਨਾ ਹੀ ਬੜਾ ਸ਼ੁਕਰ ਗੁਜ਼ਾਰ ਹਾਂ। ਹਾਲਾਤ ਹੀ ਇੱਦਾਂ ਹੈ ਜੀ, ਇਹ ਸਰਪੰਚੀਆਂ ਦਾ ਨੁਕਸਾ ਜੀ, ਅੱਜ ਤੋਂ 10-20 ਸਾਲ ਪਹਿਲੇ ਗਲੀਆਂ ਬਣੀਆਂ ਹੋਈਆਂ, ਮਾਸਟਰ ਪ੍ਰਕੀਤ ਚੰਦ ਨੇ ਬਣਾਈ,
ਜਾਂ ਵਿਨੋਦ ਨੇ ਬਣਾਈ। ਉਸ ਵਕਤ ਕਾਂਗਰਸ ਦੀ ਸਰਕਾਰ ਆਈ ਹੈ, ਸਰਪੰਚ ਮੁਸਫਰਕਾ ਪ੍ਰੇਮ ਸਿੰਘ ਔਰ ਇਹਨਾਂ ਦੇ, ਇਹਨਾਂ ਦੀ ਬਹੁਤ ਗਰੰਟਾਂ ਆਈਆਂ। ਇਹਨਾਂ ਬੋਲੋ ਨਾਲਾ ਬਣਾਉਣਾ, ਕਹਿੰਦੇ PWD ਦੇ ਅੰਦਰ ਇਹ ਸੜਕੇ ਦੇ ਅੰਦਰ ਹੈ ਨਹੀਂ। ਅੱਜ ਹਾਲਾਤ ਇਹ ਦੇਖੋ, ਲੋਕਾਂ ਦੇ ਘਰ ਡੁੱਬੇ ਪਏ। ਇਹਨਾਂ ਨੂੰ ਜੇ ਬੋਰਡ ਲੈਣ ਆਏ, ਇਹਨਾਂ ਕਾਲਾ ਝੰਡਾ ਦਿਖਾਈ ਜਾਂਦੇ, ਮੂੰਹ ਕਾਲੇ ਕਰੀਏ, ਜੁੱਤੀ ਉਹਨੇ ਹਾਰ ਪਈ ਹੈ। ਇਸ ਪਿੰਡ ਦੇ ਮੁੜ ਫਰਕੇ ਚੋਂ ਅਸੀਂ ਕੱਢਾਂਗੇ, ਆਪੇ ਅੰਦਰ ਵੜ ਕੇ ਇਹਦੇ ਘਰ ਨਹੀਂ ਜਾਣਾ ਨਾ, ਕਿਸੇ ਦੀ ਕੁਛ ਨਹੀਂ ਹੈ, ਕੁਛ ਨਹੀਂ ਹੈ ਨਾ। ਇਹ ਬੋਰਡ ਲੈਣ ਆ ਜਾਣਾ ਨਾ ਬਸ, ਕੋਈ ਨਹੀਂ ਆਇਆ ਜੀ ਇੱਥੇ, ਕੋਈ ਮਹਾਂ ਕੋਈ ਆਇਆ ਨਹੀਂ ਹੈ, ਮੋਦ ਵਰਗ ਕੋਈ ਨਹੀਂ ਆਇਆ। ਔਰ ਪੁਰੀ ਸਾਹਿਬ ਇੱਥੇ MLA ਹੈ, ਨਰੇਸ਼ ਪੁਰੀ, ਜੇ ਉੱਥੇ ਜਾਈਏ ਉਹ ਕਹਿੰਦੇ ਤੁਹਾਡੇ ਸਰਪੰਚ ਸਾਡੇ ਕੋਲ ਜਾਂਦੇ ਨਹੀਂ ਇੱਥੇ। ਉਹਨਾਂ ਦਾ ਇਹ ਜਵਾਬ ਹੈ ਨਰੇਸ਼ ਪੁਰੀ ਦਾ, ਉਹਦਾ ਇਹ ਜਵਾਬ ਹੈ ਕਹਿੰਦਾ ਤੁਹਾਡਾ ਸਰਪੰਚ ਬੇਸ਼ੱਕ ਦੂਜੀ ਪਾਰਟੀ ਦਾ ਆ, ਦੋਈ ਪਾਰਟੀ ਦਾ ਆ, ਉਹਨਾਂ ਦਾ ਕੰਮ ਚੱਲਦਾ ਹੈ, ਆਹ ਪਾਰਟੀ ਦੇ ਨਹੀਂ ਹੈ ਉਹ ਹੈ, ਲੇਕਿਨ ਪਾਵਰ ਤਾਂ ਹੈ ਨਾ ਉਹਦੇ ਕੋਲ, ਪਾਵਰ ਹੈ। ਉਹ ਕਹਿੰਦੇ ਜੇ ਪੁੱਛੋ ਸਰਪੰਚ ਨੂੰ, ਮੈਨੂੰ 1.5 ਸਾਲ ਹੋਈ ਹੈਗੀ ਜੀ ਉੱਥੇ ਸੁਜਾਨਪੁਰ, ਕਿਉਂ ਤੈਨੂੰ ਜਦੋਂ ਇਲੈਕਸ਼ਨ ਆਉਂਦੇ ਤੁਸੀਂ ਚਲ ਜਾਂਦੇ ਹੋ ਉੱਥੇ, ਫਟਾਫਟ ਝੋਲੇ ਲੈ ਗਏ, ਜਿਹੜੇ ਗਰੰਟ ਆਉਣੀ ਉਹਦੇ ਚਲ ਜਾਣੇ ਆ, ਜਿਹੜੇ ਕੰਮ ਦਾ ਟਾਈਮ ਉਹਦੇ ਜਾਣਾ ਨਹੀਂ ਉੱਥੇ। ਉਹਦਾ ਇਹ ਜਵਾਬ ਹੈ ਨਰੇਸ਼ ਪੁਰੀ ਦਾ, ਉਹਦਾ ਵੀ ਜਵਾਬ ਠੀਕ ਹੈ। ਉਹਦੇ ਜਦ ਜਾਂਦੇ ਨੇ ਉਹਨੂੰ ਪਤਾ ਨਹੀਂ ਹੈ ਮੇਰੇ ਘਰ ਕੀ ਹੋ ਰਿਹਾ, ਮੇਰੇ ਪਿੰਡ ਕੀ ਹੋ ਰਿਹਾ, ਉਹਨੂੰ ਕਿੱਦਾਂ ਪਤਾ ਚੱਲੇਗਾ? ਜੇ ਇਹ ਜਾਣਗੇ ਤਾਂ ਪਤਾ ਚੱਲੇਗਾ ਨਾ। ਮੰਗ ਇਹ ਕਰਨਾ ਚਾਹੁੰਦਾ ਜੀ, ਇਸ ਪਿੰਡ ਦਾ ਵਿਕਾਸ ਹੋਣਾ ਚਾਹੀਦਾ, ਗਲੀਆਂ ਦੁਬਾਰਾ ਉੱਚੀਆਂ ਹੋਣੀਆਂ ਚਾਹੀਦੀਆਂ, ਜਿੰਨੀ ਪੂਰਾ ਪਿੰਡ ਦੀ ਦੇਖੋ ਜੀ, ਸਾਰੇ ਪਿੰਡ 'ਚ ਕੰਮ ਕਰਾਇਆ ਜੀ ਉਹਨੂੰ, ਪੂਰੇ ਸਾਈਡ ਕੰਮ ਕਰਾਇਆ, ਇਸ ਸਾਈਡ ਟਾਲੇ ਕਰਾਇਆ ਕੰਮ, ਇੱਧਰ ਸਾਰੇ ਜਿਹੜੀ ਜਿਹੜੀ ਪੰਚਾਇਤ ਹੈ। ਲੇਕਿਨ ਮੁੱਲ ਫਰਕੇ ਦੇ ਇਹ ਜਿਹੜੇ ਸੜਕ ਦੇ ਕੰਢੇ ਆ, 1 ਰੁਪਈਆ ਨਹੀਂ ਲਾਇਆ ਉਹਨੂੰ। ਜੇ ਸਾਹਮਣੇ ਕਰੋ ਉੱਥੇ, ਅਸੀਂ ਕਹਿੰਦੇ ਜਵਾਬ ਦਿੰਦੇ, ਕਿੱਥੇ ਪੈਸਾ ਲਾਇਆ ਉਹਨੂੰ ਦੱਸੋ? ਕੋਈ ਪੈਸਾ ਨਹੀਂ ਲਗਾਇਆ।